ਏਸ਼ੀਅਨ ਵੇਟ ਲਿਫਟਿੰਗ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਨੇ 2 ਗੋਲਡ ਮੈਡਲ ਜਿੱਤੇ ਨੇ। ਦੱਸਣਯੋਗ ਹੈ ਕਿ ਜਿਹੜੇ ਨੌਜਵਾਨਾਂ ਨੇ ਗੋਲਡ ਮੈਡਲ ਜਿੱਤੇ ਨੇ ਉਹ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਨੇ, ਜਿਨ੍ਹਾਂ ਦਾ ਕਿ ਫਲੋਰ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਫਲੋਰ ਦੇ SDM ਰਜੇਸ਼ ਸ਼ਰਮਾ ਨੇ ਫੁੱਲਾਂ ਦੀ ਮਾਲਾ ਪਾ ਕੇ ਇਹਨਾਂ ਦੋਨਾਂ ਨੌਜਵਾਨਾਂ ਦਾ ਸਵਾਗਤ ਕੀਤਾ। ਇਹ ਗੋਲਡ ਮੈਡਲ ਹਾਸਲ ਕਰਨ ਵਾਲੇ ਨੌਜਵਾਨ ਦੇ ਵਿੱਚੋਂ ਇੱਕ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਨੇ 85 ਕਿਲੋਗ੍ਰਾਮ ਸੋਨੇ ਦਾ ਤਗਮਾ ਜਿੱਤਿਆ। ਉੱਥੇ ਹੀ ਕਮਲਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਨੇ 90 ਕਿਲੋਗ੍ਰਾਮ ਦੇ ਸੋਨੇ ਦਾ ਤਗਮਾ ਜਿੱਤਿਆ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਫਲੋਰ ਦੇ SDM ਰਜੇਸ਼ ਸ਼ਰਮਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਗੁਜ਼ਾਰਿਸ਼ ਕਰਦੇ ਨੇ ਕਿ ਇਹਨਾਂ ਦੋਨਾਂ ਨੌਜਵਾਨਾਂ ਨੂੰ 5-5 ਲੱਖ ਰੁਪਏ ਦਾ ਸਨਮਾਨ ਦਿੱਤਾ ਜਾਵੇ। ਅਪ੍ਰੀਤ ਸਿੰਘ ਆ ਮੇਰਾ ਪਿੰਡ ਗਦਰਾ ਆ, ਅਸੀਂ ਏਸ਼ੀਆ ਦੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਲੈ ਕੇ ਆਏ ਹਾਂ ਜੂਨੀਅਰ ਕੈਟਾਗਰੀ 90 kg ਵਿੱਚੋਂ। ਬਹੁਤ ਮਾਣ ਮਹਿਸੂਸ ਕਰ ਰਹੇ ਹਾਂ, ਮੇਰੇ ਕੋਚ ਅਮਨਹੋਤ ਜੀ ਨੂੰ ਸਾਰਾ ਕ੍ਰੈਡਿਟ ਜਾ ਰਿਹਾ ਆ ਜਿਨ੍ਹਾਂ ਦੀ ਬਦੌਲਤ ਅਸੀਂ ਇੱਥੇ ਤੱਕ ਪਹੁੰਚੇ ਹਾਂ। ਅਸੀਂ 5 ਵਾਰ ਸਟੇਟ ਚੈਂਪੀਅਨ ਰਹੇ ਹਾਂ, ਠੀਕ ਹੈ ਜੀ, ਅਤੇ ਹੁਣ ਏਸ਼ੀਆ ਖੇਡਣ ਗਏ ਸੀਗੇ, ਉੱਥੋਂ ਗੋਲਡ ਆ ਗਿਆ ਸਾਡਾ। ਮੈਂ ਜੀ 2 ਕੁਆਟਰ ਚੱਕਿਆ ਜੀ, 61 ਜਿਹਨੂੰ ਕਹਿੰਦੇ 2 ਕੁਆਟਰ ਲਾਈ। ਇਹ ਸਾਰਾ ਸਹਿਯੋਗ ਸਾਡੇ ਕੋਚ ਅਮਨਪ੍ਰੀਤ ਸਿੰਘ ਦਾ ਜੀ, ਜੋ ਕਿ ਇੰਡੀਆ ਰੇਲਵੇ 'ਚ ਹਨ, ਸਾਰਾ ਕੁਝ ਇਹ ਕ੍ਰੈਡਿਟ ਸਾਰਾ ਉਹਨਾਂ ਨੂੰ ਜਾ ਰਿਹਾ। ਕਮਲਦੀਪ ਸਿੰਘ, ਮੇਰੇ ਪਿਤਾ ਜੀ ਦਾ ਨਾਮ ਰਜਿੰਦਰ ਸਿੰਘ, ਮੈਂ ਏਸ਼ੀਅਨ ਵਿੱਚ ਹੋ ਰਹੀਆਂ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਗੇਮ ਵਿੱਚੋਂ ਜੂਨੀਅਰ ਕੈਟਾਗਰੀ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ 82 kg ਕੈਟਾਗਰੀ ਵਿੱਚ। ਇਹ ਸਾਰਾ ਕ੍ਰੈਡਿਟ ਮੇਰੇ ਕੋਚ ਨੂੰ ਜਾਂਦਾ ਹੈ, ਅਮਰਪ੍ਰੀਤ ਸਿੰਘ ਹੋਥੀ, ਇੰਡੀਆ ਰੇਲਵੇ। ਔਰ ਸਾਨੂੰ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਸੀਗਾ, ਔਰ ਪਿੰਡ ਵਾਸੀਆਂ ਦੀ ਸਪੋਰਟ ਨਾਲ, ਔਰ ਫੈਮਿਲੀ ਦੀ ਸਪੋਰਟ ਨਾਲ, ਔਰ ਕੋਚ ਦੀ ਸਪੋਰਟ ਨਾਲ ਮੈਂ ਗੋਲਡ ਮੈਡਲ ਜਿੱਤਿਆ। ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ ਜੀ, ਬਹੁਤ ਸਾਨੂੰ ਮਾਣ ਸਤਿਕਾਰ ਮਿਲ ਰਿਹਾ, ਪਿੰਡ ਵਾਸੀ ਸਾਰੇ ਸਾਨੂੰ ਲੈਣ ਆਏ ਆ ਜੀ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ 2 ਬੱਚੇ ਗੋਲਡ ਮੈਡਲ ਜਿੱਤ ਕੇ ਆਏ ਨੇ, ਔਰ ਸਰਕਾਰ ਦੀਆਂ ਪਹਿਲੇ ਵੀ ਕੁਝ ਪੋਲਿਸੀਜ਼ ਹੈ ਨੇ, ਪੰਜਾਬ ਸਰਕਾਰ ਦੀ ਵੀ ਹੈ। ਕੱਲ੍ਹ ਹੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਆਪਣਾ ਪ੍ਰਾਈਜ਼ ਹੈ ਉਹਦੀ ਰਾਸ਼ੀ ਵਧਾ ਕੇ 5 ਲੱਖ ਰੁਪਇਆ ਕਰ ਦਿੱਤੀ ਗਈ ਹੈ। ਮੈਂ ਇਹਨਾਂ ਦੋਨਾਂ ਦਾ ਨਾਂ ਸਰਕਾਰ ਨੂੰ ਰਿਕਮੈਂਡ ਕਰਾਂਗਾ ਕਿ ਦੋਨਾਂ ਨੂੰ 5-5 ਲੱਖ ਰੁਪਇਆ ਇਨਾਮ ਦਿੱਤਾ ਜਾਵੇ, ਤਾਂ ਕਿ ਅੱਜ ਜੂਨੀਅਰ ਵੇਟ ਲਿਫਟਿੰਗ 'ਚ ਜਿੱਤ ਕੇ ਆਏ ਨੇ, ਸਾਡਾ ਇਹ ਸੀਨੀਅਰ ਵੀ ਖੇਡ ਸਕਣ, ਔਰ ਦੈਨ ਏਸ਼ੀਅਨ ਗੇਮਸ ਔਰ ਓਲੰਪਿਕ ਗੇਮਸ ਔਰ ਦੈਨ ਵਰਲਡ ਕੱਪ ਉਹਦੇ 'ਚ ਖੇਡ ਕੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ। ਇਹਨਾਂ ਨੇ ਨਾ ਕੇਵਲ ਜਲੌਰ ਦਾ ਨਾਂ ਰੋਸ਼ਨ ਕੀਤਾ ਬਲਕਿ ਪੰਜਾਬ ਦਾ ਨਾਂ ਰੋਸ਼ਨ ਕੀਤਾ ਔਰ ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ। ਰਾਜਕੁਮਾਰ ਨੰਗਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।